ਬਿਲਕੁਲ ਤਾਜ਼ਾ ਲਤੀਫਾ, ਤਵੱਜੋ ਜਨਾਬ। ਅੱਛਾ ਜੀ। ਇੱਕ ਪਠਾਨ ਹਸਪਤਾਲ ਵਿੱਚ ਰੋਂਦਾ ਬੈਠਾ। ਉਹ ਇੱਕ ਬੰਦੇ ਪੁੱਛਿਆ, ਉਹ ਖਾਨ ਸਾਹਿਬ ਕਿਉਂ ਰੋਂਦੇ ਹੋ? ਉਸ ਆਖਿਆ ਨਾ ਪੁੱਛ। ਅੱਛਾ। ਉਸ ਆਖਿਆ ਨਹੀਂ ਦੱਸ ਤਾਂ ਸਹੀ, ਰੋਂਦਾ ਕਿਉਂ? ਉਸ ਆਖਿਆ ਮੈਨੂੰ 15 ਸਾਲਾਂ ਤੋਂ ਬਾਅਦ ਬੇਟਾ ਹੋਇਆ। ਅੱਛਾ। ਉਸ ਆਖਿਆ ਤਾਂ ਇਸ 'ਚ ਰੋਵਣ ਵਾਲੀ ਕਿਹੜੀ ਗੱਲ ਹੈ? ਅੱਛਾ। ਉਸ ਆਖਿਆ ਜਨਾਬ 15 ਸਾਲਾਂ ਤੋਂ ਬਾਅਦ ਬੇਟਾ ਜੰਮਿਆ ਮੇਰਾ, ਅਤੇ ਇਹ ਛੋਟਾ ਜਿਹਾ। ਅੱਛਾ, ਛੋਟਾ ਜਿਹਾ, ਇਹ ਛੋਟਾ ਜੀ। ਅੱਛਾ, ਲਤੀਫੇ 'ਤੇ ਤਵੱਜੋ ਜੀ। ਇੱਕ ਪਿੰਨੇ ਕਹਿ ਨੂੰ ਸਵਾਲ ਕੀਤਾ ਵੀ ਅੱਲਾਹ ਦੇ ਨਾਂ 'ਤੇ ਦੇ ਮੈਨੂੰ। ਅੱਛਾ। ਉਸ 10 ਰੁਪਈਏ ਦਿੱਤੇ। ਪਿੰਨਾ ਜੋ ਟੁਰਿਆ ਨਾ, ਉਸ ਵਾਪਸ ਛੱਡਿਆ। ਉਸ ਆਖਿਆ ਉਰਾ ਓਏ। ਅੱਛਾ। ਉਹ ਹਟਿਆ। ਉਸ ਆਖਿਆ 10 ਰੁਪਈਏ ਮੈਂ ਤੈਨੂੰ ਦਿੱਤੇ, ਇਹਦਾ ਨਸ਼ਾ ਨਾ ਪੀਵੇਂ, ਨਸ਼ਾ ਨਾ ਕਰੇ ਇੱਦਾਂ। ਪਿੰਨੇ ਜੋ ਚੜਿਆ ਨਾ ਗੁੱਸਾ। ਉਸ ਆਖਿਆ ਮੇਰਾ ਪ੍ਰੋਗਰਾਮ ਹੈ, ਜਿਹੜੇ ਤੂੰ 10 ਰੁਪਈਏ ਦਿੱਤੇ ਨਾ, ਮੈਂ ਇੱਦਾਂ ਉਮਰਾ ਨਾ ਕਰ ਲਵਾਂ। ਵਾਹ ਬਾਈ ਵਾਹ, ਬਹੁਤ ਸ਼ੁਕਰੀਆ ਜੀ। ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਬੜੀ ਮਿਹਰਬਾਨੀ। ਅੱਲਾ ਹਾਫਿਜ਼।